ਸਭ ਤੋਂ ਪਹਿਲਾਂ ਕਰਬਲ ਦੇ ਮੈਦਾਨ ਚ ਜਾ ਵੜੀਆਂ ਮੌਲਾ ਨੇ ਸਰਕਾਰ ਦਾ ਸਾਰਾ ਖਾਨਦਾਨ ਸ਼ਹੀਦ ਕਰਾਤਾ ਹੈ ਮੈਦਾਨ ਦੇ ਵਿੱਚ ਇਹਨਾਂ ਵਿਸ਼ਵ ਦੀ ਮੰਗ ਹੈ। ਇਮਾਮ ਹਸਨ ਹੁਸੈਨ ਦਾ ਸਾਰਾ ਖਾਨਦਾਨ ਬਹੱਤਰ ਜੀ ਇੱਕੋ ਮੈਦਾਨ ਚ ਸ਼ਹੀਦ ਕਰਵਾਤਾ, 6 ਸਾਲਾਂ ਦਾ ਬੱਚਾ ਵੀ ਸਭ ਸਾਲਾਂ ਦਾ ਫਰਜ਼ ਹੋਵੇ। ਕਰਬਲ ਚ ਬੁਲਾ ਕੇ ਲੁੱਟਦੀਆਂ ਨੇ, ਸੰਦੇ ਚ ਲਿਟਾ ਕੇ ਲੁੱਟਦੀਆਂ ਨੇ, ਪਿਆਸੇ ਮਰਵਾ ਕੇ ਲੁੱਟਦੀਆਂ ਨੇ, ਨੇਸੇ ਤੇ ਚੜ੍ਹਾ ਕੇ ਲੁੱਟਦੀਆਂ ਨੇ, ਇਹ ਕੁਰਾਨ ਸੁਣਾ ਕੇ ਲੁੱਟਦੀਆਂ ਨੇ, ਆਸ਼ਰਮ ਮੈਦਾਨ ਇੱਕ ਤੇ ਪੋਸ਼ ਲਹਾ ਕੇ ਲੁੱਟਦੀਆਂ ਨੇ, ਗਰਦਨ ਕਟਵਾ ਕੇ ਲੁੱਟਦੀਆਂ ਨੇ, ਉਹ ਸੂਲੀ ਤੇ ਚੜ੍ਹਾ ਕੇ ਲੁੱਟਦੀਆਂ ਨੇ, ਸੈਯਦਾਂ ਦੇ ਪੈਰਾਂ ਵਿੱਚ ਝਾਂਜਰਾਂ ਜੋ ਪਈਆਂ ਨੇ, ਆਸ਼ਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਨੇ। ਆਸ਼ਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ। ਇੱਕ ਜਗ੍ਹਾ ਹੋਰ ਰੁਕਿਆ ਇਹਨਾਂ ਮੰਗਾਂ ਨੇ, ਇੱਕ ਇੱਕ ਲਾਈਨ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਗਾਣਾ ਤਾਂ ਇੱਦਾਂ ਦੇ ਬੱਲੇ ਆ ਮੇਰੇ, ਬਸ ਗੱਲਾਂ ਜਿਹੜੀਆਂ ਨੇ ਫਕੀਰਾਂ ਤੋਂ ਸਿੱਖਿਆ ਨੇ ਤੇ ਫਕੀਰਾਂ ਨੂੰ ਸੁਣਾ ਰਿਹਾ। ਜਿੱਥੇ ਜਾਂਦਾ ਹੈ ਤਹਿਲਕਾ ਮਚਾ ਜਾਂਦਾ, ਨਾ ਇਹ ਰਾਹ ਦੇਖਦਾ ਨਾ ਪਰਾਹ ਦੇਖਦਾ। ਕਿੱਥੇ ਪਹੁੰਚ ਗਿਆ ਇਹ? ਤਵੀਆਂ ਤੇ ਬਿਠਾ ਕੇ ਲੁੱਟਦੀਆਂ ਨੇ ਇਸ਼ਕ ਦੀਆਂ ਮੰਗਾਂ, ਤਵੀਆਂ ਤੇ ਬਿਠਾ ਕੇ ਲੁੱਟਦੀਆਂ ਨੇ, ਬੰਦ ਬੰਦ ਕਟਵਾ ਕੇ ਲੁੱਟਦੀਆਂ ਨੇ, ਆਰੇ ਨਾ ਚੜਾ ਕੇ ਲੁੱਟਦੀਆਂ ਨੇ, ਚਰਖੜ ਤੇ ਚੜਾ ਕੇ ਲੁੱਟਦੀਆਂ ਨੇ, ਉਹ ਨੀਹਾਂ ਚ ਚੜਾ ਕੇ ਲੁੱਟਦੀਆਂ ਨੇ, ਇਹ ਸਰਬੰਸ ਲੁਟਾ ਕੇ ਲੁੱਟਦੀਆਂ ਨੇ। ਮਾਤਾ ਗੁਜਰੀ ਸੁਪਨਾ ਦੇਖਦੇ ਆ ਕਿ ਸੂਬਾ ਸਰਹੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚੜਾਉਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਹ ਸ਼ਹਿਨਸ਼ਾਹ ਫਕੀਰ ਨੂੰ ਆਪ ਹੱਸੀ ਜਾਂਦੇ ਨੇ, ਮਾਤਾ ਆਪਣਾ ਸੁਪਨਾ ਸੁਣਾਈ ਜਾਂਦੇ ਆ, ਕਹਿੰਦੇ ਮਾਤਾ ਇਸ਼ਕ ਦਾ ਮਕਾਮ ਹੈ ਇੱਥੇ, ਰੋ ਕੇ ਵਕਤ ਨਹੀਂ ਟਪਾਇਆ ਜਾਂਦਾ। ਮਾਤਾ ਜੀ ਕਹਿੰਦੇ ਕਹਿੰਦੇ ਅੱਧੀ ਰਾਤੋਂ ਮਾਤਾ ਗੁਜਰੀ
ਚੰਬੇ ਤੇਰੇ
Oh,
ਕਸਮ ਨਬੀ ਦੀ ਉਹ ਮੈਨੂੰ ਕਸਮ ਅਲੀ ਦੀ ਤੇ ਮੈਨੂੰ ਪਿਆਰਾ ਲੱਗਣਾ ਬਾਬ ਵੀਰ Yeah.
ਹੁੰਦਾ ਇਹ ਪੱਜ ਹੁੰਦਾ ਦਿਲ ਵੇਖਣ ਦਾ ਇਹ ਪੱਜ ਹੁੰਦਾ ਦਿਲ ਵੇਖਣ ਦਾ ਇਹ ਪੱਜ ਹੁੰਦਾ ਅੱਜ ਲੈਣ ਤੇਰੇ ਘਰ ਆਉਣੀਆਂ ਦਿਲ ਵੇਖਣ ਦਾ ਇਹ ਪੱਜ ਹੁੰਦਾ ਮੈਂ ਮੁੜ ਮੁੜ ਤੈਨੂੰ ਤੱਕਦੀ ਆ ਨਿਜ਼ਾਦਾ ਨਿਜ਼ਾਦਾ ਮਾਂ
ਸ਼ੈਤਾਨ ਹੈ ਰਣ ਦਿੱਤੇ ਦੀ ਕਰਦੀ ਤੁਦ ਦੇ ਨਾਲ ਦਗਾ ਸਮਝੀ ਮੇਰੀ ਰਾਤ ਤੂਫਾਨ ਮੁਸੀਬਤਾਂ ਦੇ ਵਹਿਣ ਇਸ਼ਕ ਵਾਲਾ ਦਰਿਆ ਸਮਝੀ ਮੁਰਸ਼ਦ ਖਾਮ ਹੁੰਦਾ ਪੱਕਾ ਖੜਾ ਤੂੰ ਕਾਮਿਲ ਪੇਸ਼ਵਾ ਸਮਝੀ ਪੱਕਾ ਖੜਾ ਪੱਕਾ ਖੜਾ ਤੂੰ ਕਾਮਿਲ ਪੇਸ਼ਵਾ ਸਮਝੀ ਖੜਾ ਸਦਰ ਮੁਰਸ਼ਦ ਖਾਮ ਹੁੰਦਾ ਕਹਿਰ ਦੀ ਬਾਰਿਸ਼ ਦਰਿਆ ਏਦਾਂ ਵਗ ਰਿਹਾ ਕਿ ਨਾ ਕੰਢਾ ਛੱਡਦਾ ਨਾ ਬੁੰਡਾ ਛੱਡਦਾ ਸੋਹਣੀ ਉਸ ਦਰਿਆ ਨੂੰ ਪਾਰ ਕਰਕੇ ਆਪਣੇ ਯਾਰ ਆਪਣੇ ਖੁਦਾ ਮਹਿਮਾਨ ਨੂੰ ਮਿਲਣ ਜਾਂਦੇ ਇੱਕ ਦਿਨ ਜਦੋਂ ਉਸ ਤੂਫਾਨ ਦੀ ਰਾਤ ਖੜਾ ਚੱਕਣ ਲੱਗੀ ਤੇ ਦਿਲ ਡਰ ਗਿਆ ਮੈਂ ਦੇਖਦਾ ਲਵਾਂ ਖੜਾ ਕਦੇ ਕੱਚਾ ਤਾਂ ਨਹੀਂ ਸੋਹਣੀਏ ਅੱਜ ਮੈਂ ਕੱਚਾ ਹੀ ਹਾਂ ਮੈਨੂੰ ਹੁਣ ਤੂੰ ਸੀਨੇ ਨਾਲ ਨਾ ਲਾਈ ਮੈਂ ਘੜਿਆ ਕਿਉਂ ਮੈਂ ਕੱਚਾ ਮੈਂ ਤੈਨੂੰ ਪਾਰ ਨਹੀਂ ਲਾ ਸਕਦਾ ਅੱਗੇ ਰੋਜ਼ ਮੈਨੂੰ ਪਾਰ ਲਾਉਣਾ ਹੈ ਮੇਰੇ ਯਾਰ ਨੂੰ ਮਿਲਾਉਣਾ ਅੱਜ ਕਹਿੰਦਾ ਮੈਂ ਕੱਚਾ ਕਹਿੰਦਾ ਸੋਹਣੀਏ ਤੇਰੀ ਗੱਲ ਫਹਿਮੀ ਸੀ ਮੈਂ ਤੇ ਮੁੱਢ ਕਦੀ ਮੋ ਕੱਚਾ ਇਹ ਤਾਂ ਤੇਰਾ ਪੱਕ ਤੇਰਾ ਸਿਦਕ ਤੇਰਾ ਯਕੀਨ ਮੈਨੂੰ ਆਪਣਾ ਆਸਰਾ ਬਣਾ ਕੇ ਮੈਨੂੰ ਠਿੱਲ ਪੈਂਦਾ ਸੀ ਮੈਂ ਤੈਨੂੰ ਪਾਰ ਲਾ ਦਿੰਦਾ ਸੀ ਅੱਜ ਤੇਰਾ ਯਕੀਨ ਹੀ ਹਿੱਲ ਗਿਆ ਮੈਂ ਹੁਣ ਤੈਨੂੰ ਪਾਰ ਨਹੀਂ ਲਾ ਸਕਦਾ ਉਸ ਘੜੀ ਨੂੰ ਪਰਾਂਬਾ ਦਿੰਦੀ ਹੈ ਕੀ ਕਹਿੰਦੀ ਹੈ ਹਾਏ ਵੇ ਭੰਨ ਸੁੱਟਾਂ ਮਿੱਟੀ ਦੇ ਅਖੜਿਆਂ ਚੜ ਮੈਂ ਮਸ਼ੂਕਾਂ ਦੇ ਟਾਕੇ ਇੱਕ ਤੂੰ ਪਾਰਾ ਦੂਜਾ ਪਾਣੀ ਪਾਰਾ ਤੀਜਾ ਆਉਣਾ ਜਾਨ ਮੁਕਾ ਕੇ ਚੂੜੇ ਵਾਲੀ ਤਾਂ ਸੋਹਣੀ ਦੀ ਵੇ ਤੂੰ ਮੈਂ ਗਲ ਵਿੱਚ ਪਾ ਕੇ ਨੇਕ ਨਸੀਬ ਤੇਰੇ ਵੇ ਅਸੀਂ ਤਾਂ ਚੱਲਿਆ ਜਾਨ ਮੁਕਾ ਅਸੀਂ ਤਾਂ ਚੱਲੇ ਸੁਣੀ ਕਹਿਰ ਗਜ਼ਬ ਦੀਆਂ ਕਰੇ ਦਲੀਲਾਂ ਮੌਤੋਂ ਖੌਫ ਨਾ ਖਾਵੇ ਇਹ ਦੁਨੀਆਂ ਬੇਸ਼ੱਕ ਮੈਨੂੰ ਤਾਨੇ ਮਾਰੇ ਮੇਰੀ ਯਾਰ ਵੱਲੋਂ ਰਹਿ ਜਾਵੇ ਲੈ ਖੜਿਆ ਅੱਜ ਕਿਸਮਤ ਮੇਰੀ ਭਲਾ ਦੇਖੀਏ ਕੀ ਦਿਖਲਾਨ ਓਏ ਮੈਂ ਨਦੀ ਦੇ ਵਿੱਚ ਭਾਰ ਕੇ ਮਹਿਰ ਨਾਵੇ ਮੈਂ ਕਦੋਂ ਦੀ ਖੜੀ
Yeah.
सुन दे प्रया तुटना डावन लगिया मेरिया प्रीता ओके प्रया तुटना डावन लगिया मेरिया प्रीता ओके प्रया तुटना डावन लगिया मेरिया प्रीता ओके प्रया तुटना डावन लगिया मेरिया प्रीता सुना बंदा यार दिखा पर बंदा बंदा यार आते सुना बंदा यार दिखा पर ਸੁਬਾ ਤੋਂ ਪਹਿਲਾਂ ਜਾਦਾ ਮਲੈ ਦਾ ਸੁਬਾ ਤੋਂ ਪਹਿਲਾਂ ਉਹਦਾ ਛੋਟੇ ਉਹ ਖਾਣਾ ਲੱਗੇ ਫੜ ਲੈ ਦਾ ਸੁਬਾ ਤੋਂ ਪਹਿਲਾਂ ਉਹਦਾ ਛੋਟੇ ਉਹ ਖਾਣਾ ਲੱਗੇ
ਬੁੱਲੇ ਸ਼ਾਹ ਆਪਣੇ ਪੀਰ ਨੂੰ ਮਨਾਉਣ ਵਾਸਤੇ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਤਵਾਇਫ ਦੇ ਕੋਠੇ ਤੇ ਚਲੇ ਗਏ। 12 ਸਾਲ ਨਾਚ ਗਾਣਾ ਸਿੱਖਿਆ, ਸੋਚਿਆ ਕੰਮ ਦੇਣ ਜੋਗੇ ਹੋ ਗਏ। ਮਾਈ ਅੱਜ ਦੇ ਦਿਨ ਵਾਸਤੇ ਮੈਨੂੰ ਆਪਣੇ ਕੱਪੜੇ ਵੀ ਦੇ ਦੇ ਤੇ ਮੇਰਾ ਹਾਰ ਸ਼ਿੰਗਾਰ ਵੀ ਕਰ ਦੇ। ਬਾਬਾ ਲੱਗਦਾ ਤੂੰ ਕਮਲਾ ਹੋ ਗਿਆ। ਮਾਈ ਤੇਰੀ ਜ਼ੁਬਾਨ ਮੁਬਾਰਕ ਹੋਵੇ ਕਿ ਬੁੱਲਾ ਕਿਤੇ ਕਮਲਾ ਹੋ ਜਾਵੇ, ਜੇ ਕਿਤੇ ਮੈਂ ਉਸ ਵਕਤ ਕਮਲਾ ਹੋ ਜਾਂਦਾ ਜਦੋਂ ਮੇਰੇ ਪੀਰ ਨੇ ਮੇਰੇ ਤੋਂ ਸਵਾਲ ਪੁੱਛਿਆ ਸੀ ਤੇ ਨੌਬਤ ਨਹੀਂ ਸੀ ਆਉਣੀ। ਹਾਰ ਸ਼ਿੰਗਾਰ ਕਰਕੇ ਔਰ ਤਵਾਇਫਾਂ ਵਾਲਾ ਬਾਣਾ ਪਹਿਨ ਕੇ ਤਾਂ ਮੈਂ ਬੁੱਲੇ ਸ਼ਾਹ ਹਜ਼ਰਤ ਸ਼ਾਹ ਨੇ ਸੰਗ ਦੇ ਦਰਬਾਰ ਚ ਆਇਆ, ਸਲਾਮ ਅਰਜ਼ ਕੀਤਾ। ਬਾਬਾ ਜੀ ਹਾਜ਼ਰੀ ਦੇਣ ਵਾਸਤੇ ਆਈ ਹੈ। ਬਾਬਾ ਹਜ਼ਰਤ ਸ਼ਾਹ ਨੇ ਸਾਈ ਕਹਿਣ ਲੱਗੇ, ਕਹਿੰਦੇ ਬੀਬੀ ਕਿੱਥੋਂ ਆਈ ਹੈ? ਤੇ ਬਾਬਾ ਜੀ ਮੈਂ ਕਸੂਰ ਸ਼ਹਿਰ ਤੋਂ ਆਈ ਹਾਂ। ਆਪ ਮੁਸਕਰਾਉਣ ਲੱਗ ਪਏ, ਹੱਸਣ ਲੱਗ ਪਏ, ਕਹਿੰਦੇ ਅੱਛਾ ਫਿਰ ਤਾਂ ਤੂੰ ਸਾਡੇ ਬੁੱਲੇ ਦੇ ਸ਼ਹਿਰ ਤੋਂ ਆਈ ਹੈ। ਜਦੋਂ ਇੰਨੀ ਗੱਲ ਸੁਣੀ ਕਿ ਸਾਡਾ ਬੁੱਲਾ ਭਾਵੇਂ ਬੁੱਲੇ ਸ਼ਾਹ ਦੇ ਅੰਦਰ ਇਸ਼ਕ ਭਾਵਣਾ ਮਾਰ ਕੇ ਮੱਚਣ ਲੱਗ ਪਏ। ਚੱਲ ਅੱਜ ਬਾਕੀ ਦੇ ਪ੍ਰੋਗਰਾਮ ਸਾਰੇ ਬੰਦ ਕਰਦੇ ਹਾਂ, ਅੱਜ ਤੇਰਾ ਨਾਚ ਗਾਣਾ ਸੁਣਦਾ, ਤੂੰ ਕਸੂਰ ਸ਼ਹਿਰ ਤੋਂ ਆਈ। ਮਜ਼ਮਾ ਲੱਗ ਗਿਆ, ਆਲੇ ਦੁਆਲੇ ਪਿੰਡਾਂ ਦੇ ਵਿੱਚ ਐਲਾਨ ਹੋ ਗਿਆ ਕਿ ਕਸੂਰ ਸ਼ਹਿਰ ਤੋਂ ਇੱਕ ਨਵੀਂ ਤਵਾਇਫ ਆਈ ਹੈ, ਅੱਜ ਉਹਦਾ ਮੁਜਰਾ ਜਿਹੜਾ ਸਰਕਾਰਾਂ ਦੀ ਹਾਜ਼ਰੀ ਦੇ ਵਿੱਚ ਹੋਊਗਾ। ਨੱਕ ਵਿੱਚ ਸੋਹਣੀ ਨੱਥਦੀ ਸੋਹੇ ਯਾਰ, ਕੰਨ ਵਿੱਚ ਪਾਈਆਂ ਡੰਡੀਆਂ, ਆਪਣਾ ਯਾਰ ਮਨਾਉਣ ਖਾਤਰ ਵੇ ਜਗਦੀਆਂ ਚੱਲੀਆਂ ਪੰਡੀਆਂ। ਜੇ ਹੈ ਤਾਂ ਸਿਰਫ ਮੁਰਸ਼ਦ ਦੇ ਹੱਥ ਦੇ ਵਿੱਚ ਹੈ। ਆਪਣੇ ਮੁਰਸ਼ਦ ਵੱਲ ਮੂੰਹ ਕਰਕੇ ਔਰ ਘੁੰਡ ਕੱਢ ਕੇ ਉਹਨਾਂ ਦੇ ਪੈਰਾਂ 'ਚ ਬੈਠ ਕੇ ਬਾਬਾ ਬੁੱਲੇ ਸ਼ਾਹ ਕੀ ਕਹਿੰਦੇ ਨੇ, ਮੈਨੂੰ ਚੱਜ ਨਹੀਂ ਉਹ ਨੱਚਣੇ ਦਾ, ਮੈਨੂੰ ਚੱਜ ਨਹੀਂ ਉਹ ਨੱਚਣੇ ਦਾ।
यार चचा दिल प्यार जिंदगी बाबा बुल्ले शाह बेसुध होके नच रहे हैं।
ਮੁੱਖ ਤੋਂ ਘੁੰਗਟ ਉੱਤਰ ਗਏ। ਜਦ ਸ਼ਾਹ ਨੈਣ ਦੀ ਨਜ਼ਰ ਪਈ ਕਹਿੰਦੇ ਕਵਾਇਤ ਤਾਂ ਨਹੀਂ ਕੋਈ ਲੱਗਦੀ, ਇਹ ਤਾਂ ਮੈਨੂੰ ਬੁੱਢੇ ਵਰਗੀ ਸ਼ਕਲ ਲੱਗਦੀ ਹੈ। ਕਹਿੰਦੇ ਨਾਚ ਗਾਣਾ ਬੰਦ ਕਰੋ। ਓਏ ਕੌਣ ਹੈ ਤੂੰ, ਤੂੰ ਬੁੱਲਾ? ਆਹ ਬਾਬਾ ਬੁੱਲੇ ਸ਼ਾਹ ਦੇ ਅੱਖਾਂ 'ਚ ਅੱਥਰੂ ਤਿਪ ਤਿਪ ਚੱਲਦੇ ਨੇ, ਬੇਸੁਰ ਹੋ ਕੇ ਪੈਰਾਂ 'ਚ ਆ ਜਾਗੇ ਕਿ ਨਹੀਂ ਹਜ਼ਰਤ ਮੈਂ ਬੁੱਲਾ ਨਹੀਂ, ਮੈਂ ਤੇ ਬੁੱਲਾ। ਉਹ ਤੈਨੂੰ ਕਿਹਾ ਸੀ ਮੇਰੇ ਦਰਬਾਰ ਨਹੀਂ ਆਉਣਾ? ਕਹਿੰਦੇ ਜੀ ਬੁੱਲੇ ਨੂੰ ਕਿਹਾ, ਉਹ ਦੇਖ ਲਓ ਮੈਂ ਕੀ ਹਾਂ। ਹਜ਼ਰਤ ਸ਼ਾਹ ਨੇ ਸਾਈਂ ਸੁਣਦੇ ਨੇ ਕਿ ਇਹ ਤੋਂ ਵੱਡੀ ਇਸ਼ਕ ਦੀ ਹੱਦ ਕੀ ਹੋਊ, ਇੱਕ ਸੈਦ ਹੋ ਕੇ ਸਾਡੇ ਦਰਬਾਰ ਦੇ ਵਿੱਚ ਕੰਜਰੀ ਬਣ ਕੇ ਡਾਂਸ ਕਰ ਰਿਹਾ, ਨਾਚ ਕਰ ਰਿਹਾ। ਕਹਿੰਦੇ ਬੁੱਲਿਆ ਕੀ ਹੋਇਆ ਤੈਨੂੰ, ਜਰਾ ਖੋਲ ਕੇ ਦੱਸ। ਬਾਬਾ ਬੁੱਲੇ ਸ਼ਾਹ ਕਹਿੰਦੇ ਯਾਰ ਤੇਰੀ ਦੀਵਾਨੀ ਹੋ ਗਈ।